ਸਤਿ ਸ਼੍ਰੀ ਅਕਾਲ ਲੋਕਾਂ ਨੂੰ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਨਾਲ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਧਾਲੀਵਾਲ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਹਾਂ ਆਪਾਂ ਪੰਜਾਬ ਦੀ ਸਿਆਸਤ, ਖਾਸ ਕਰਕੇ ਆਮ ਆਦਮੀ ਪਾਰਟੀ ਤੇ ਪ੍ਰਸ਼ਾਸਨ ਤੇ ਵੀ ਗੱਲਬਾਤ ਹੋਊਗੀ, ਉਹ ਵੀ ਧਾਲੀਵਾਲ ਤੋਂ ਸਮਝਾਂਗੇ ਕਿ ਕੁਛ ਹੋਰ ਇੱਦਾਂ ਦੀ ਅਪਡੇਟ ਨਿਕਲ ਕੇ ਆਈ ਹੈ ਕਿ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ MLA ਨੇ ਇਹਨਾਂ ਦੇ ਵਿਚਕਾਰ ਜਿਹੜਾ ਤਣਾਅ ਹੈ ਉਹ ਵੱਧ ਚੁੱਕਿਆ। ਅਖਬਾਰੀ ਰਿਪੋਰਟਾਂ ਮੁਤਾਬਕ ਪ੍ਰਸ਼ਾਸਨ ਕਹਿੰਦੇ ਕਿ ਗੱਲ ਨਹੀਂ ਸੁਣ ਰਿਹਾ ਹੈਗਾ, ਅਖਬਾਰੀ ਰਿਪੋਰਟਾਂ ਮੁਤਾਬਕ ਜਾਂ ਫਿਰ MLA ਦੀ ਆਪਾਂ ਮੰਨੀਏ। ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਕਿ ਅਸੀਂ ਆਪਣੇ ਤੌਰ ਤਰੀਕੇ ਨਾਲ ਕੰਮ ਕਰ ਰਹੇ, ਕਿੱਥੋਂ ਦੀਆਂ ਘਟਨਾਵਾਂ ਨੇ, ਕੀ ਗੱਲਬਾਤ ਵਾਪਰੀ ਹੈ, ਕੀ ਅਪਡੇਟ ਆਈ ਹੈ, ਉਹ ਧਾਲੀਵਾਲ ਸਭ ਤੋਂ ਆਪਾਂ ਜਾਣਾਂਗੇ। ਦੂਜਾ ਸੰਜੇ ਸਿੰਘ ਹੋਰਾਂ ਦੀ ਜਿਹੜੀ ਰੇਡ ਹੈ, ਉਹਨਾਂ ਦੇ ਘਰ ED ਦੀ ਹੋਈ ਹੈ ਤੜਕੇ 6 ਵਜੇ, ਉਹਦੇ 'ਤੇ ਗੱਲ ਕਰਾਂਗੇ। ਇਸ ਤੋਂ ਇਲਾਵਾ ਸਿਆਸਤ ਦੀਆਂ ਜਿਹੜੀਆਂ ਹੋਰ ਖਬਰਾਂ ਨੇ ਉਹ ਵੀ ਆਪਾਂ ਜ਼ਰੂਰ ਨਾਲੋ ਨਾਲ ਜਿਹੜੀਆਂ ਹੈਗੀਆਂ ਨੇ ਲਵਾਂਗੇ। ਇੱਕ ਖਬਰ ਸਿੱਕਮ ਤੋਂ ਚੱਲ ਰਹੀ ਹੈ ਕਿ ਸਿੱਕਮ ਦੇ ਵਿੱਚ ਜਿਹੜੇ 23 ਜਵਾਨ ਨੇ ਉਹ ਲਾਪਤਾ ਨੇ, ਉਹ ਵੀ ਧਾਲੀਵਾਲ ਤੋਂ ਸਮਝਾਂਗੇ। ਇਸ ਤੋਂ ਇਲਾਵਾ ਕੀ AG ਅਸਤੀਫਾ ਦੇ ਸਕਦੇ ਨੇ, ਉਹ ਵੀ ਖਬਰ ਲਵਾਂਗੇ। ਅਤੇ ਧਾਲੀਵਾਲ ਸਾਹਿਬ, ਇੱਕ ਤਾਂ ਗੱਲ ਆਹੀ ਚੱਲ ਰਹੀ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਦੇ ਜਿਹੜੇ MLAs ਨੇ ਇਹਨਾਂ ਦੇ ਵਿਚਾਲੇ ਤਾਲਮੇਲ ਨਹੀਂ ਹੈਗਾ ਅਤੇ ਸਿਸਟਮ ਗੜਬੜਾਇਆ ਹੋਇਆ। ਇੱਕ ਹੈਗਾ ਕਿ AG ਵੀ ਅਸਤੀਫਾ ਦੇ ਸਕਦੇ ਨੇ, ਸੋ ਧਾਲੀਵਾਲ ਸਾਹਿਬ ਕਿਹੜੇ ਪਾਸੇ ਨੂੰ ਜਾ ਰਹੀ ਹੈ ਇਹ ਗੱਲ? ਇਹਦੇ ਵਿੱਚ ਭੰਗ ਸਾਹਿਬ ਗੱਲ ਇਹ ਹੈ ਕਿ ਜਿੱਥੋਂ ਤੱਕ ਇਹ ਸਵਾਲ ਹੈ ਨਾ ਕਿ MLAs ਦਾ ਪ੍ਰਸ਼ਾਸਨ ਨਾਲ ਤਾਲਮੇਲ ਠੀਕ ਨਹੀਂ, ਮੈਨੂੰ ਲੱਗਦਾ ਹੈ ਵੀ ਇਹਨੂੰ ਇਸ ਤਰ੍ਹਾਂ ਦੇਖਣਾ ਜ਼ਿਆਦਾ ਠੀਕ ਨਹੀਂ ਹੋਵੇਗਾ। ਮੈਨੂੰ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਵੀ ਜਿਹੜਾ ਆਪਸੀ ਤਾਲਮੇਲ ਹੈ ਸਰਕਾਰ ਦਾ ਜਾਂ MLAs ਦਾ, ਮੰਤਰੀਆਂ ਦਾ, ਮੁੱਖ ਮੰਤਰੀ ਦਾ, ਕਿਤੇ ਨਾ ਕਿਤੇ ਉਹ 'ਚ ਕੋਈ ਮੇਰਾ ਖਿਆਲ ਹੈ ਲੈਪਸ ਹੈ, ਉਹਦੇ ਵਿੱਚ ਕੋਈ ਕਮੀ ਹੈ। ਇਸ ਕਰਕੇ ਪ੍ਰਸ਼ਾਸਨ ਨਾਲ ਤਾਲਮੇਲ ਠੀਕ ਨਹੀਂ ਆ ਰਿਹਾ, ਕਿਉਂਕਿ ਇਹਦੇ ਵਿੱਚ ਇਹ ਲੱਗ ਰਿਹਾ ਹੈ ਕਿ ਜਦੋਂ ਇੱਕ ਪਾਸੇ ਤੇ ਮੁੱਖ ਮੰਤਰੀ ਜੀ ਕਹਿੰਦੇ ਨੇ ਕਿ ਸਾਡੀ 0 tolerance ਹੈ, 0 tolerance ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਚਾਹੇ ਉਹ ਸਰਕਾਰ ਦਾ ਤੇ ਚਾਹੇ ਉਹ ਸਰਕਾਰ ਤੋਂ ਬਾਹਰ ਦਾ, ਜਦੋਂ ਉਹ ਕੋਈ ਵੀ ਕ੍ਰਾਈਮ, ਇਲੀਗਲ, ਗੈਰ ਕਾਨੂੰਨੀ ਕੰਮ ਕਰਦਾ ਹੈ, ਅਸੀਂ ਉਹਨੂੰ ਕਿਤੇ ਵੀ ਬਖਸ਼ਾਂਗੇ ਨਹੀਂ। ਹੁਣ ਪ੍ਰਸ਼ਾਸਨ ਦੇ ਨਾਲ ਤਾਲਮੇਲ ਦੀ ਜਿਹੜੀ ਗੱਲ ਸ਼ੁਰੂ ਹੋਈ ਹੈ ਦੁਬਾਰਾ ਤੋਂ, ਉਹ ਇਹ ਹੈ ਕਿ ਤਰਨ ਤਾਰਨ ਦੇ ਵਿੱਚ MLA ਦੇ ਇੱਕ ਜੀਜਾ ਜੀ ਨੇ, ਰਿਸ਼ਤੇਦਾਰ ਕਹਿ ਲਓ, ਰਿਸ਼ਤੇਦਾਰ ਨੇ ਜੋ ਮਾਈਨਿੰਗ ਦੇ ਵਿੱਚ ਪਕੜੇ ਗਏ ਨੇ। ਅਜੇ ਤੱਕ ਕੋਈ ਤੱਥ ਇਹ ਸਾਹਮਣੇ ਨਹੀਂ ਆਇਆ ਕਿ ਉਹ ਜਿਹੜਾ ਵਿਅਕਤੀ ਪਕੜਿਆ ਗਿਆ ਉਹਨੂੰ ਗਲਤ ਪਕੜਿਆ, ਸਿਰਫ ਇੱਕੋ ਹੀ ਸੂਚਨਾ ਆ ਰਹੀ ਹੈ ਕਿ ਜੀ ਜਿਹੜਾ ਪੁਲਿਸ ਆਫਿਸਰ ਮੌਕੇ ਦਾ, ਜਿਹੜਾ SHO ਜਾਂ ਇੰਸਪੈਕਟਰ ਜਿਹਨੇ ਉਹਨਾਂ ਨੂੰ ਪਕੜਿਆ, ਕਿ ਉਹਨੇ ਇਹ ਇਨਫੋਰਮੇਸ਼ਨ ਉੱਪਰ ਤੱਕ ਸਾਂਝੀ ਨਹੀਂ ਕੀਤੀ ਪਹਿਲਾਂ, ਕਿ ਮੈਂ ਉਹਨੂੰ ਫੜਨਾ ਜਾਂ ਫੜਨ ਜਾ ਰਿਹਾ। ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਕਾਨੂੰਨੀ ਜ਼ਰੂਰੀ ਹੈ। ਜਿਹੜਾ ਬੰਦਾ ਪੁਲਿਸ 'ਚ SHO ਹੈ, ਜੇ ਉਹਨੂੰ ਕੋਈ ਸੂਚਨਾ ਕਿ ਇੱਥੇ ਕੋਈ ਕ੍ਰਾਈਮ ਹੋ ਰਿਹਾ, ਇਹ ਵੱਖਰੀ ਗੱਲ ਹੈ ਜੀ, ਉੱਥੇ ਫੋਰਸ ਵੱਧ ਚਾਹੀਦੀ ਹੈ ਤਾਂ ਉਹਨੂੰ ਉੱਪਰਲੇ ਅਧਿਕਾਰੀਆਂ ਨੂੰ ਤੁਰੰਤ ਦੱਸ ਕੇ ਇਹ ਗੱਲ ਮੁਤਾਬਕ ਸਟ੍ਰੈਟਜੀ, ਰਣਨੀਤੀ ਬਣਾਉਣੀ ਚਾਹੀਦੀ ਹੈ ਕਿ ਉਹਨੂੰ ਕਿੱਦਾਂ ਫੜਨਾ। ਪਰੰਤੂ ਜੇ ਉਸ ਜਿਹੜਾ ਦੋਸ਼ੀ ਹੈ, ਦੋਸ਼ੀ ਨੂੰ ਉਹਨੇ ਕਾਬੂ ਕਰ ਲਿਆ ਤੇ ਬਾਅਦ ਵਿੱਚ ਸੂਚਨਾ ਆਟੋਮੈਟਿਕਲੀ ਉੱਪਰਲੇ ਅਫਸਰਾਂ ਨੂੰ ਚਲੀ ਜਾਣੀ ਹੈ। ਇਹਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ MLA ਸਾਹਿਬ ਨੇ, ਜਾਂ ਤੇ ਉਹਦੀ MLA ਸਾਹਿਬ ਦੀ ਆਪਣੀ ਪਾਰਟੀ 'ਚ ਪੋਜੀਸ਼ਨ ਠੀਕ ਨਹੀਂ। ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਕਿ ਜੇਕਰ ਮੁੱਖ ਮੰਤਰੀ ਸਾਹਿਬ ਦੀ ਇਹ ਹਦਾਇਤ ਹੈ ਕਿ ਮੇਰੇ MLAs ਨੂੰ ਪੂਰਾ ਸਨਮਾਨ ਦੇਣਾ ਭਾਵੇਂ ਉਹਨਾਂ ਦਾ ਕੰਮ ਜਿੱਦਾਂ ਦਾ ਮਰਜ਼ੀ ਹੋਵੇ, ਜਾਂ ਉਹਨਾਂ ਦੇ ਨੇੜਲੇ ਬੰਦਿਆਂ ਦਾ MLA ਦਾ ਸਨਮਾਨ ਦੇਣਾ ਬਣਦਾ ਹੀ, ਉਹ ਤਾਂ ਕਾਨੂੰਨੀ ਤੌਰ 'ਤੇ ਹੈ। ਪਰੰਤੂ ਜੇ ਕੋਈ MLA ਦਾ ਰਿਸ਼ਤੇਦਾਰ ਜਾਂ ਉਹਨਾਂ ਦਾ ਕੋਈ ਨੇੜਲਾ ਵਿਅਕਤੀ ਕਿਸੇ ਜੁਰਮ ਦੇ ਵਿੱਚ ਸਾਂਝੀਦਾਰ ਹੈ, ਭਾਈਵਾਲ ਹੈ,
ਤਾਂ ਇਹਦੇ ਵਿੱਚ ਐਮਐਲਏ ਦੀ ਬੇਇੱਜ਼ਤੀ ਹੋਣਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ। ਇੱਕ ਪਾਸੇ ਅਸੀਂ ਹੁਣ ਕਹਿ ਰਹੇ ਹਾਂ ਕਿ ਜੀਰੋ ਟੋਲਰੈਂਸ ਹੈ, ਜੇ ਜੀਰੋ ਟੋਲਰੈਂਸ ਹੈ ਤਾਂ ਕੁਦਰਤੀ ਹੈ ਜਿਹੜਾ ਬੰਦਾ ਕ੍ਰਾਈਮ ਕਰੇਗਾ ਤਾਂ ਫੜਿਆ ਜਾਏਗਾ, ਚਾਹੇ ਉਹ ਐਮਐਲਏ ਦਾ ਭਰਾ ਹੈ। ਇੱਕ ਪਾਸੇ ਸਰਕਾਰ ਇਹ ਕਲੇਮ ਕਰਦੀ ਹੈ ਵੀ ਅਸੀਂ ਆਪਣੇ ਮੰਤਰੀਆਂ ਨੂੰ ਵੀ ਫੜਿਆ ਜੀ, ਤੇ ਇੱਕ ਪਾਸੇ ਇਹ ਕਹਿ ਰਹੇ ਨੇ ਵੀ ਇੱਕ ਐਮਐਲਏ ਦੇ ਰਿਸ਼ਤੇਦਾਰ ਨੂੰ ਕਿਉਂ ਫੜਿਆ ਗਿਆ। ਜਾਂ ਤੇ ਇੱਥੇ ਇਹ ਸਰਕਾਰ ਤੇ ਪਾਰਟੀ ਇਹ ਸਾਬਤ ਕਰੇ ਕਿ ਜਿਹੜਾ ਵਿਅਕਤੀ ਫੜਿਆ ਗਿਆ ਉਹਦਾ ਕੋਈ ਦੋਸ਼ ਨਹੀਂ ਹੈ, ਉਹ ਬੇਦੋਸ਼ਾ ਫੜਿਆ ਗਿਆ, ਉਹਨੂੰ ਪੁਲਿਸ ਨੇ ਪੈਸੇ ਲੈਣ ਲਈ ਜਾਂ ਕਿਸੇ ਹੋਰ ਕਾਰਨ ਲਈ ਤੰਗ ਕਰਨ ਲਈ ਬਿਨਾਂ ਕਾਰਨ ਤੋਂ ਉਹਨੂੰ ਫੜਿਆ ਗਿਆ, ਇਹ ਸਾਬਤ ਕਰਨ, ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਐਮਐਲਏ ਦੀ ਇੱਜ਼ਤ ਨਹੀਂ ਹੋਈ। ਪਰੰਤੂ ਜੇਕਰ ਐਮਐਲਏ ਉਹਨੂੰ ਛਡਾਉਣ ਲਈ ਫੋਨ ਕਰ ਰਿਹਾ ਸੀ ਜਾਂ ਇਹ ਇਸ ਗੱਲ ਲਈ ਫੋਨ ਕਰ ਰਹੇ ਸੀ ਕਿ ਇਹਦੇ ਜੁਰਮ ਨਾ ਪਾਇਆ ਜਾਵੇ, ਇਹਦੇ ਨਾਲ ਸਰਕਾਰ ਦੀ ਕਿਰਕਿਰੀ ਹੋਰ ਹੋਊਗੀ ਤੇ ਇਹ ਸਾਬਤ ਹੋਊਗਾ ਕਿ ਜੀਰੋ ਟੋਲਰੈਂਸ ਹੈ ਜਿਹੜੀ, ਇਹ ਕਹਿਣ ਦੀ ਗੱਲ ਹੈ। ਇਸ ਤੋਂ ਬਿਨਾਂ ਜੇ ਮੈਂ ਸਿੱਧੀ ਸਿੱਧੀ ਗੱਲ ਕਰਾਂ, ਪੁਰਾਣੇ ਜਿਹੜੇ ਟ੍ਰੈਡੀਸ਼ਨ ਹੈ, ਰਵਾਇਤ ਹੈ, ਉਹਨੂੰ ਦੇਖ ਕੇ ਮੁੱਖ ਮੰਤਰੀ ਜੀ ਕੋਲ ਗ੍ਰਹਿ ਵਿਭਾਗ ਹੈ, ਐਮਐਲਏ ਦੇ ਕਹਿਣ ਤੇ ਜਿਹੜੀ ਐਸਐਸਪੀ ਦੀ ਟ੍ਰਾਂਸਫਰ ਹੁੰਦੀ ਹੈ, ਜਦੋਂ ਐਸਐਸਪੀ ਦੀ ਟ੍ਰਾਂਸਫਰ ਹੁੰਦੀ ਹੈ, ਐਸਐਸਪੀ ਦੀ ਟ੍ਰਾਂਸਫਰ ਦਾ ਇੰਪ੍ਰੈਸ਼ਨ, ਜਿਹੜੀ ਪਰਸੈਪਸ਼ਨ ਇਹ ਦਿੱਤੀ ਜਾ ਰਹੀ ਹੈ ਕਿ ਅਸੀਂ ਐਮਐਲਏ ਦੇ ਕਹਿਣ ਤੇ ਐਸਐਸਪੀ ਦੀ ਟ੍ਰਾਂਸਫਰ ਸਜ਼ਾ ਵਜੋਂ ਕੀਤੀ ਗਈ ਹੈ, ਪਰੰਤੂ ਪੁਲਿਸ ਵਿਭਾਗ ਉਹਨੂੰ ਬੜੀ ਸ਼ਾਨੇ ਸ਼ੌਕਤ ਨਾਲ ਹਾਰ ਪਾ ਕੇ ਵਧਾਈ ਦੇ ਰਿਹਾ। ਇਹਦਾ ਅਰਥ ਇਹ ਹੈ ਕਿ ਪੁਲਿਸ ਵਿਭਾਗ ਇਹ ਸਾਬਤ ਕਰ ਰਿਹਾ ਕਿ ਸਾਡਾ ਜਿਹੜਾ ਅਫਸਰ ਹੈ ਉਹ ਬਿਲਕੁਲ ਇਮਾਨਦਾਰ, ਓਨੈਸਟ ਤੇ ਨਿਯਮਾਂ ਮੁਤਾਬਕ ਕੰਮ ਕਰਨ ਵਾਲਾ ਹੈ, ਪਰੰਤੂ ਉਹ ਤੇ ਜੋ ਦੋਸ਼ ਲੱਗਿਆ ਜਾਂ ਬਦਲੀ ਕੀਤੀ ਗਈ ਹੈ, ਸਰਕਾਰ ਕਰ ਸਕਦੀ ਹੈ ਬਦਲੀ, ਕੋਈ ਗੱਲ ਨਹੀਂ ਕਰ ਸਕਦੀ ਹੈ ਬਦਲੀ, ਪਰੰਤੂ ਫਿਰ ਵੀ ਇਹ 'ਚ ਇਹ ਕਿਹਾ ਜਾਏਗਾ ਕਿ ਮੁੱਖ ਮੰਤਰੀ, ਐਮਐਲਏ ਤੇ ਪੁਲਿਸ ਵਿਭਾਗ ਤਿੰਨਾਂ ਦੇ ਵਿੱਚ ਤਾਲਮੇਲ ਨਹੀਂ। ਜੇ ਆਪਾਂ ਕਹੀਏ ਇਕੱਲਾ ਪ੍ਰਸ਼ਾਸਨ ਤੇ ਐਮਐਲਏ ਦੇ ਵਿੱਚ, ਇਹ ਗੱਲ ਠੀਕ ਨਹੀਂ ਹੋਏਗੀ। ਮੈਂ ਇਸ ਗੱਲ ਨੂੰ ਏਦਾਂ ਲੈਂਦਾ ਕਿ ਕਿਤੇ ਨਾ ਕਿਤੇ ਜੋ ਖਬਰਾਂ ਵੀ ਆਈਆਂ ਨੇ ਕੱਲ੍ਹ ਦੀਆਂ, ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਮੁੱਖ ਮੰਤਰੀ ਜੀ ਦੇ ਬਰਾਬਰ ਇੱਕ ਧੜਾ ਹੋਰ ਹੈ ਜਿਹੜਾ ਉਹ ਸਾਰੇ ਤਾਲਮੇਲ ਨਾਲ ਨਹੀਂ ਚੱਲਦਾ, ਤੇ ਬਹੁਤ ਸਾਰੀਆਂ ਗੱਲਾਂ ਮੁੱਖ ਮੰਤਰੀ ਵੀ ਆਪਣੇ ਤੌਰ ਤੇ ਅਨਾਊਂਸ ਕਰ ਦਿੰਦੇ ਨੇ, ਉਹ ਵੀ ਬਹੁਤੀ ਵਾਰ ਇਹ ਨਹੀਂ ਕਹਿੰਦੇ, ਇਹ ਕੈਬਨਿਟ ਦਾ ਡਿਸੀਜਨ ਹੁੰਦਾ ਹੈ। ਭਾਵੇਂ ਡਿਸੀਜਨ ਮੁੱਖ ਮੰਤਰੀ ਹੀ ਲੈਂਦੇ ਨੇ, ਪਰ ਲੀਗਲ ਤੌਰ ਤੇ ਇਹ ਜਿਹੜੇ ਡਿਸੀਜਨ ਲੈਣ ਦਾ ਅਧਿਕਾਰ ਹੈ ਇਹ ਮੁੱਖ ਮੰਤਰੀ ਜੀ ਨੂੰ ਇਕੱਲਿਆਂ ਨੂੰ ਨਹੀਂ, ਇਹ ਪੂਰੀ ਕੈਬਨਿਟ ਨੂੰ ਅਧਿਕਾਰ ਹੈ। ਹਾਂ, ਇਹ ਸੱਚ ਹੈ ਕਿ ਮੁੱਖ ਮੰਤਰੀ ਜੀ ਕੈਬਨਿਟ ਦੇ ਵਿੱਚ ਉਹੀ ਫੈਸਲੇ ਕਰਵਾ ਸਕਦੇ ਹੁੰਦੇ ਨੇ ਜਿਹੜੇ ਉਹ ਚਾਹੁੰਦੇ ਨੇ, ਪਰੰਤੂ ਇੱਥੇ ਮੈਨੂੰ ਇਹ ਲੱਗਦਾ ਕਿ ਇੱਕ ਆਪੋ ਤਾਪ ਪਈ ਹੋਈ ਹੈ, ਉਹ ਆਪੋ ਤਾਪ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਗੱਲ ਤੁਸੀਂ ਪਹਿਲਾਂ ਹੀ ਕਹੀ ਹੈ, ਕੋਆਰਡੀਨੇਸ਼ਨ ਜਿਹੜੀ ਤਾਲਮੇਲ ਹੈ ਉਹ ਦਿਖਾਈ ਨਹੀਂ ਦੇ ਰਿਹਾ, ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਹੈ। ਉਹ ਅਖਬਾਰਾਂ 'ਚ ਕੱਲ੍ਹ ਦੀ ਫਿਰ ਨਿਕਲ ਕੇ ਆਈ ਹੈ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਸੰਧਵਾਂ ਜੀ ਦਾ ਜਿਹੜਾ ਧੜਾ ਹੈ ਉਹ ਇੱਕ ਬਰਾਬਰ ਦਾ ਧੜਾ ਬਣੀ ਜਾਂਦਾ ਹੈ। ਉਹਦੇ ਵਿੱਚ ਕੌਣ ਕੌਣ ਨੇ ਅਜੇ ਸਾਰੀ ਗੱਲ ਖੁੱਲ੍ਹ ਕੇ ਨਹੀਂ ਆਈ, ਪਰੰਤੂ ਇਹ ਇੱਕ ਵਾਰ ਨਹੀਂ ਹੋਇਆ, ਪਹਿਲਾਂ ਵੀ ਹੋਇਆ। ਇਹ ਕਹਿਣ ਦੀ ਗੱਲ ਹੈ ਕਿ ਪ੍ਰਸ਼ਾਸਨ ਨਾਲ ਤਾਲਮੇਲ ਨਹੀਂ। ਦੇਵ ਮਾਨ ਇੱਕ ਐਮਐਲਏ ਜਿਹੜੇ ਨਾਭਾ ਤੋਂ ਨੇ, ਉਹਨਾਂ ਦਾ ਕਿੱਸਾ ਪਹਿਲਾਂ ਆ ਗਿਆ, ਉਸ ਤੋਂ ਬਾਅਦ ਜਿਹੜੇ ਤਰਨ ਤਾਰਨ ਵਾਲੇ ਐਮਐਲਏ ਨੇ ਉਹਨਾਂ ਦਾ ਜਿਹੜਾ ਕੇਸ ਹੈ ਉਹ ਆ ਗਿਆ, ਤੇ ਅੱਜ ਜਿਹੜੇ ਤੁਸੀਂ ਜਿਵੇਂ ਤੁਸੀਂ ਦੱਸਿਆ ਇੱਕ ਹੋਰ ਐਮਐਲਏ ਦੀ ਗੱਲ ਆ ਗਈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕਹਿਣ ਉੱਤੇ ਪੁਲਿਸ ਅਫਸਰਾਂ ਨੂੰ ਵਿਧਾਨ ਸਭਾ ਦੀ ਕਮੇਟੀ ਸਾਹਮਣੇ ਪੇਸ਼ ਹੋਣਾ ਪਏਗਾ। ਜੇਕਰ ਅਫਸਰਾਂ ਦੀ ਕੋਈ ਕੁਤਾਹੀ ਹੈ ਉਹਨਾਂ ਨੂੰ ਨਿਯਮਾਂ ਮੁਤਾਬਕ ਉੱਥੇ ਪੇਸ਼ ਹੋਣਾ ਪਏਗਾ, ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਪਰੰਤੂ ਜੇਕਰ ਉਹਨਾਂ ਦਾ ਜਿਹੜਾ ਕੰਮ ਹੈ ਉਹ ਕਾਨੂੰਨ ਦੇ ਵਿਰੁੱਧ ਚੱਲਣ ਵਾਲਿਆਂ ਨੂੰ ਫੜਨ ਦਾ ਹੈ ਤੇ ਉਹ ਬੰਦਿਆਂ ਨੂੰ ਹੱਥ ਪਾਇਆ ਗਿਆ, ਤਦ ਇਹਦੇ ਨਾਲ ਪੁਲਿਸ ਦਾ ਮੋਰਾਲ ਹੋਰ ਡਾਊਨ ਹੋਊਗਾ, ਤੇ ਜੇਕਰ ਪੁਲਿਸ ਦਾ ਮੋਰਾਲ ਹੋਰ ਡਾਊਨ ਹੁੰਦਾ ਹੈ ਤਾਂ ਇਸ ਦੇ ਰਿਜ਼ਲਟ ਵੀ, ਅੱਜ ਤੇ ਆਪਾਂ ਕਹਿ ਰਹੇ ਹਾਂ ਇੱਕ ਖਬਰ ਉੱਡ ਰਹੀ ਹੈ ਕਿ ਫਲੈਸ਼ ਹੋ ਰਹੀ ਹੈ ਕਿ ਏਜੀ ਅਸਤੀਫਾ ਦੇ ਰਹੇ ਨੇ,
ਹੋ ਸਕਦਾ ਪੁਲਿਸ ਵਿਭਾਗ ਵਿੱਚ ਵੀ ਹੋਰ ਵੱਡੀਆਂ ਤਬਦੀਲੀਆਂ ਨੂੰ ਇਹ ਚੀਜ਼ਾਂ ਜਨਮ ਦੇਣ, ਇਸ ਤਰ੍ਹਾਂ ਦਾ ਸੰਕੇਤ ਵੀ ਹੋ ਸਕਦਾ ਹੈ ਜੀ। ਜੀ ਬਿਲਕੁਲ, ਏਜੀ ਵਾਲੀ ਵੀ ਗੱਲ ਚੱਲਦੀ ਹੈ ਕਿ ਏਜੀ ਅਸਤੀਫਾ ਦੇ ਸਕਦੇ ਨੇ, ਉਹ ਵੀ ਇੱਕ ਵੱਡੀ ਗੱਲ ਹੈ। ਉੱਥੇ ਵੀ ਕਾਫੀ ਕੁਛ ਤੁਹਾਨੂੰ ਪਤਾ ਕਿ ਖਲਾਰਾ ਪੈ ਜਾਂਦਾ, ਕਿਉਂ ਅਸਤੀਫਾ ਦਿੱਤਾ, ਕੀ ਗੱਲਬਾਤ ਹੋਈ, ਅੰਦਰੂਨੀ ਬੜਾ ਕੁਛ ਹੁੰਦਾ। ਅਤੇ ਨਾਲੋ ਨਾਲ ਸੰਜੇ ਸਿੰਘ 'ਤੇ ਜਿਹੜੀ ਰੇਡ ਹੈ ਧਾਲੀਵਾਲ ਸਾਹਿਬ ਤੜਕੇ ਸਾਜਰੇ ED ਵੱਲੋਂ ਰੇਡ ਕੀਤੀ ਜਾਂਦੀ ਹੈ, ਰਾਜਸਭਾ ਮੈਂਬਰ ਨੇ ਲਿਕਰ ਪੋਲਿਸੀ ਦਾ ਮਾਮਲਾ ਦਿੱਲੀ ਦੇ ਵਿੱਚ, ਪਹਿਲਾਂ ਸਤਿੰਦਰ ਜੈਨ ਅੰਦਰ ਬੈਠੇ ਨੇ, ਫਿਰ ਮਨੀਸ਼ ਸੋਧੀਆ, ਫਿਰ ਰਾਘਵ ਚੱਡਾ ਹੋਰਾਂ ਤੋਂ ਵੀ, ਜਾਂ ਫਿਰ ਹੁਣ ਸੰਜੇ ਸਿੰਘ। ਸੋ ਕੀ ਲੱਗਦਾ ਇਹ ਕਿ ਹਾਲਾਂਕਿ ਲਿਕਰ ਪੋਲਿਸੀ ਦਾ ਜਿਹੜਾ ਮਾਮਲਾ ਡਿਸਪਿਊਟ ਦੇ ਵਿੱਚ ਰਿਹਾ, ਵਿਵਾਦ ਦੇ ਵਿੱਚ ਰਿਹਾ ਵੱਡੇ ਤੌਰ ਦੇ ਉੱਪਰ, ਅਤੇ ਵੱਡੇ ਲੀਡਰ ਜੇਲ੍ਹ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ, ਜੀ ਧਾਲੀਵਾਲ ਸਾਹਿਬ? ਮੇਰੀ ਜਾਣਕਾਰੀ ਮੁਤਾਬਕ ਇਹ ਹੈ ਕਿ ਸ਼ਾਇਦ ਇਹਨਾਂ ਦਿਨਾਂ 'ਚ, ਸ਼ਾਇਦ ਅੱਜ ਹੀ ਨਾ ਹੋਵੇ, ਇਹਨਾਂ ਦਿਨਾਂ 'ਚ ਸੁਪਰੀਮ ਕੋਰਟ ਸਿਸੋਦੀਆ ਦੀ ਬੇਲ ਦਾ ਮਸਲਾ ਲੱਗਿਆ ਹੋਇਆ ਹੈ। ਬਿਲਕੁਲ, ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਅੰਦਰੋਂ ਡਰੀ ਹੋਈ ਹੈ ਕਿ ਜੇਕਰ ਉਹਨੂੰ ਬੇਲ ਮਿਲ ਜਾਂਦੀ ਹੈ ਸੁਪਰੀਮ ਕੋਰਟ ਤੋਂ, ਜਿਵੇਂ ਕਿਵੇਂ ਹਾਈ ਕੋਰਟ ਤੋਂ ਉਹਨੂੰ ਬੇਲ ਨਹੀਂ ਮਿਲੀ, ਜਾਂ ਤਾਂ ਦੋਸ਼ ਬਹੁਤ ਸੰਗੀਨ ਨੇ, ਜਾਂ ਇਹ ਹੈ ਕਿ ਕੇਂਦਰ ਸਰਕਾਰ ਨੇ ਪਲੀਡ ਆਰਗੂਮੈਂਟ ਹੈ ਜਿਹੜੀ ਰਾਏ ਦੇਣ ਦੀ ਗੱਲ ਹੈ, ਉਹਨਾਂ ਦੇ ਵਕੀਲਾਂ ਨੇ ਇਹ ਕੰਮ ਬਹੁਤ ਪੱਬਾ ਭਾਰ ਹੋ ਕੇ ਕੀਤਾ। ਜੇਕਰ ਸੁਪਰੀਮ ਕੋਰਟ ਤੋਂ ਉੱਥੋਂ ਕੋਈ ਬੇਲ ਮਿਲ ਜਾਂਦੀ ਹੈ, ਰਾਹਤ ਮਿਲ ਜਾਂਦੀ ਹੈ, ਤਾਂ ਮੈਨੂੰ ਇਹ ਲੱਗਦਾ ਕਿ ਸਰਕਾਰ ਦੀ ਕਿਰਕਿਰੀ ਹੋਊਗੀ। ਸਰਕਾਰ ਉਸ ਦਬਾਅ ਨੂੰ ਵਧਾਉਣ ਲਈ, ਕਿ ਉਹ ਦਬਾਅ ਜਿਹੜਾ ਹੈ ਉਹ ਘੱਟ ਨਾ ਜਾਵੇ, ਉਹ ਦਬਾਅ ਨੂੰ ਵਧਾਉਣ ਲਈ ਮੈਨੂੰ ਲੱਗਦਾ ਨਵੀਂ ਕਾਰਵਾਈ ਸੰਜੇ ਸਿੰਘ 'ਤੇ ਚੱਲ ਰਹੀ ਹੈ, ਜਦੋਂ ਕਿ ਸੰਜੇ ਸਿੰਘ ਦਾ ਪਿੱਛਾ ED ਪਹਿਲਾਂ ਵੀ ਕਰ ਰਹੀ ਹੈ, ਪਹਿਲਾਂ ਵੀ ਉਹ ਤੋਂ ਕਈ ਵਾਰ ਬੁਲਾ ਕੇ ਇਹ ਪੁੱਛਗਿੱਛ ਹੋ ਚੁੱਕੀ ਹੈ। ਪਰੰਤੂ ਹਾਂ, ਜਿਹੜਾ ਰੇਡ ਕਰਨ ਦਾ ਕੰਮ ਹੈ ਇਹ ਪਹਿਲੀ ਵਾਰ ਹੋਇਆ, ਇਹ ਇਕੱਲੇ ਸੰਜੇ ਸਿੰਘ 'ਤੇ ਨਹੀਂ ਹੋ ਰਿਹਾ। ਕੱਲ੍ਹ ਜਿਹੜਾ ਬੀਤੀ ਕੱਲ੍ਹ ਤੁਸੀਂ ਦੇਖਿਆ ਹੋਏਗਾ, ਜਿਸ ਕਿਸਮ ਨਾਲ ਪੱਤਰਕਾਰਾਂ 'ਤੇ ਹੋਇਆ, ਉਹ ਮੀਡੀਆ 'ਚ ਗੱਲ ਆਈ ਹੈ, ਉਹ ਜਿਹੜਾ ਪ੍ਰੋਡਕਸ਼ਨ ਹਾਊਸ ਹੈ, ਇੱਕ ਮੀਡੀਆ ਹਾਊਸ ਹੈ, ਉਹਦਾ ਜਿਹੜਾ ਉਹਨਾਂ ਦਾ ਪਤਾ ਨਹੀਂ ਕੀ ਕਸੂਰ ਹੈ ਕੀ ਨਹੀਂ। ਜੇਕਰ ਕੋਈ ਦੋਸ਼ ਹੈ ਤਾਂ ਉਹਨਾਂ 'ਤੇ ਹੈ, ਕੋਈ ਚਾਈਨਾ ਤੋਂ ਫੰਡ ਆਇਆ, ਟ੍ਰਾਂਸਫਰ ਹੋਇਆ, ਹਾਲਾਂਕਿ ਚਾਈਨਾ ਤੋਂ ਫੰਡ ਹੈ ਜਿਹੜਾ ਪ੍ਰਧਾਨ ਮੰਤਰੀ ਫੰਡ ਦੇ, ਪ੍ਰਾਈਮ ਮਿਨਿਸਟਰ ਫੰਡ ਦੇ ਵਿੱਚ ਵੀ ਆਇਆ, ਪੀਐਮ ਕੇਅਰ ਫੰਡ ਹੈ ਜਿਹੜਾ ਉਹਦੇ ਵਿੱਚ ਵੀ ਆਇਆ, ਉਹਦੇ 'ਤੇ ਜਿਹੜੀ ED ਕੋਈ ਗੱਲ ਨਹੀਂ ਕਰਦੀ, ਉਹਦੇ 'ਤੇ ED ਚੁੱਪ ਕਰ ਜਾਂਦੀ ਹੈ। ਇਹ ਜਿਹੜੀ ED ਸਿਲੈਕਟਡ ਬੰਦਿਆਂ 'ਤੇ, ਇਹਦੇ ਮੈਂ ਦੋ ਕਾਰਨ ਸਮਝਦਾ, ਇਹਦੇ ਦੋ ਕਾਰਨ ਮੇਜਰ ਇਹ ਨੇ ਕਿ ਸੰਜੇ ਮਿਸ਼ਰਾ ਜੀ ਦੇ ਡਾਇਰੈਕਟਰ ਜਾਣ ਤੋਂ ਬਾਅਦ, ਇੱਕ ਤੇ ਇਹ ਇੰਪ੍ਰੈਸ਼ਨ ਹੈ ਪਬਲਿਕ ਦੇ ਵਿੱਚ ਕਿ ਸ਼ਾਇਦ ਹੁਣ ED ਪਹਿਲਾਂ ਵਰਗੀ ਤਾਕਤਵਰ ਨਹੀਂ ਰਹੀ, ਸੰਜੇ ਮਿਸ਼ਰਾ ਤੋਂ ਬਾਅਦ ਜਿਹੜੇ ਆਫਿਸਰ ਆਉਣਗੇ ਉਹ ਉਦਾਂ ਦੀਆਂ ਹਦਾਇਤਾਂ ਸਰਕਾਰ ਦੀਆਂ ਇੰਨ ਬਿੰਨ ਸ਼ਾਇਦ ਨਹੀਂ ਮੰਨਣਗੇ। ਸਰਕਾਰ ਇੱਕ ਹੋਰ ਇੰਪ੍ਰੈਸ਼ਨ ਦੇਣਾ ਚਾਹੁੰਦੀ ਹੈ, ਪਰਸੈਪਸ਼ਨ ਕ੍ਰੀਏਟ ਕਰਨਾ ਚਾਹੁੰਦੀ ਹੈ ਕਿ ਨਹੀਂ, ਹਾਲੇ ਵੀ ED ਤੇ ਸਾਡਾ ਗਲਬਾ, ਸਾਡੀ ਪਕੜ ਉਸੇ ਤਰ੍ਹਾਂ ਹੈ, ਤੇ ED ਦੇ ਜਿਹੜੇ ਅਫਸਰ ਨੇ ਹਾਲੇ ਵੀ ਸਾਡੀ ਉਸ ਤਰ੍ਹਾਂ ਹੀ ਮੰਨਣਗੇ ਜਿਵੇਂ ਇਸ ਤੋਂ ਪਹਿਲਾਂ ਵਾਲੇ ਅਫਸਰ ਮੰਨਦੇ ਸੀ। ਇਹ ਜਿਹੜੀਆਂ ਦੋ ਵੱਡੀਆਂ ਰੇਡਸ ਹੋਈਆਂ ਨੇ ਕੱਲ੍ਹ ਪੱਤਰਕਾਰਾਂ 'ਤੇ, ਅੱਜ ਸੰਜੇ ਸਿੰਘ 'ਤੇ, ਇਹਨਾਂ ਨੂੰ ਮੈਂ ਇੱਦਾਂ ਲੈਂਦਾ ਕਿ ਇਹਦੇ ਨਾਲ ਦੋ ਨਿਸ਼ਾਨੇ ਸਰਕਾਰ ਲਗਾ ਰਹੀ ਹੈ। ਇੱਕ ਜਿਹੜੀਆਂ ਵਿਰੋਧੀ ਧਿਰਾਂ ਨੇ, ਜਿਹਨਾਂ ਨੂੰ ਇਹ ਨਾ ਲੱਗਣ ਲੱਗ ਜਾਵੇ ਕਿ ਵਿਰੋਧੀ MLA ਨੂੰ, ਵਿਰੋਧੀ MPs ਨੂੰ ਇਹ ਮਹਿਸੂਸ ਨਾ ਹੋਣਾ ਸ਼ੁਰੂ ਹੋ ਜਾਵੇ ਕਿ ਹੁਣ ED ਦੀ ਪਹਿਲਾਂ ਵਾਲੀ ਗੱਲ ਨਹੀਂ ਰਹੀ, ਹੁਣ ਆਪਾਂ ਸਰਕਾਰ ਦੇ ਖਿਲਾਫ਼ ਬੋਲ ਸਕਦੇ ਹਾਂ। ਜਿਹੜੇ ਮਾੜੇ ਮੋਟੇ ਦਾਗੀ ਰਾਜਨੀਤਿਕ ਬੰਦੇ ਨੇ ਉਹ ਪਹਿਲਾਂ ਵਾਂਗੂ ED ਦੀ ਸਖ਼ਤੀ ਤੋਂ ਡਰਦੇ ਰਹਿਣ। ਇੱਕ ਦੂਸਰਾ, ਜਿਹੜੇ ਗਿਣੇ ਮਿੱਥੇ ਤਰੀਕੇ ਨਾਲ ਜਿਹੜੇ ਲੋਕਾਂ 'ਤੇ ਸਰਕਾਰ ਨੇ ਹਮਲਾ ਕਰਨਾ ਹੈ, ਜਿਵੇਂ ਪੱਤਰਕਾਰਾਂ 'ਤੇ, ਜਿਵੇਂ ਆਮ ਆਦਮੀ ਪਾਰਟੀ ਦੇ MPs 'ਤੇ, ਜਾਂ ਕਾਂਗਰਸ ਦੇ MPs 'ਤੇ, ਜਾਂ ਮਮਤਾ ਬੈਨਰਜੀ ਦੇ ਉਹ ਜਿਹੜੇ ਭਤੀਜਾ ਉਹਨਾਂ 'ਤੇ, ਮਤਲਬ ਇਹ ਗਿਣੀ ਮਿੱਟੀ ਸਾਜਿਸ਼ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਅਜੇ ਵੀ ਯਕੀਨ ਹੈ ਕਿ ਲਾਲੂ ਪ੍ਰਸ਼ਾਦ ਜੀ 'ਤੇ ਹੋਏਗਾ। ਜਿਉਂ ਜਿਉਂ ਇੰਡੀਆ ਅਲਾਇੰਸ ਸਪੀਡ ਫੜੇਗਾ, ਤਿਉਂ ਤਿਉਂ ਸਰਕਾਰ ਕੋਲ ਹੋਰ ਕੋਈ ਚਾਰਾ ਨਹੀਂ ਬਚੇਗਾ। ਦਿਨੋਂ ਦਿਨ ਜਿਹੜੇ ਨਵੇਂ ਨਵੇਂ ਸਰਵੇ ਆ ਰਹੇ ਨੇ, ਭਾਵੇਂ ਉਹ ਚੈਨਲਾਂ ਦੇ ਆ ਰਹੇ ਨੇ ਜਿਹੜੇ, ਜਿਨ੍ਹਾਂ ਦਾ ਝੁਕਾਓ BJP ਵੱਲ ਹੈ, ਉਹ ਵੀ BJP ਦੇ ਗ੍ਰਾਫ ਨੂੰ ਨੀਚਾ ਦਿਖਾ ਰਹੇ ਨੇ ਪਹਿਲਾਂ ਨਾਲੋਂ। ਇਸ ਕਰਕੇ ਮੈਨੂੰ ਲੱਗਦਾ ਸਰਕਾਰ ਦੇ ਵਿੱਚ ਇੱਕ ਘਬਰਾਹਟ ਹੈ, ਉਹ ਘਬਰਾਹਟ ਨਾਲ ਜਿਹੜਾ ਨੁਕਸਾਨ ਹੋ ਰਿਹਾ, ਉਹ ਨੁਕਸਾਨ ਦੀ ਪੂਰਤੀ ਲਈ ਇਹ ਯਤਨ ਕੀਤੇ ਜਾਣਗੇ, ਮੈਂ ਇਹਨੂੰ ਇਸ ਤਰ੍ਹਾਂ ਸਮਝਦਾ। ਹਾਲਾਂਕਿ
ਜਿਹੜਾ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਕੋਈ ਅੱਛੀਆਂ ਨਹੀਂ, ਪ੍ਰਸ਼ੰਸਾ ਯੋਗ ਨਹੀਂ। ਜੇਕਰ ਕੋਈ ਵੀ ਗੁਨਾਹ ਹੈ, ਗੁਨਾਹ ਦੇ ਵਿੱਚ ਬੰਦਾ ਫੜ ਲਿਆ ਜਾਣਾ ਚਾਹੀਦਾ। ਮੈਂ ਵੀ ਕਹਿਣਾ, ਜੇਕਰ ਮੀਡੀਆ ਪ੍ਰੋਡਕਸ਼ਨ ਹਾਊਸ ਦੇ ਵਿੱਚ, ਨਿਊਜ਼ ਪ੍ਰੋਡਕਸ਼ਨ ਹਾਊਸ ਦੇ ਵਿੱਚ ਕੋਈ ਘਾਲਾ ਮਾਲਾ ਹੈ, ਤਾਂ ਉਹਨਾਂ 'ਤੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਪਰੰਤੂ ਇਹ ਕਹਿ ਕੇ ਕਿ ਇਹ ਯੋਪਾ UAPA ਲਾਇਆ ਜਾਏਗਾ ਜੀ, ਅਤੇ ਇਹ ਟੈਰਰਿਸਟ ਐਕਟੀਵਿਟੀ ਹੈ ਜੀ, ਇਸ ਤਰ੍ਹਾਂ ਹੀ ED ਸੰਜੇ ਸਿੰਘ 'ਤੇ ਪਤਾ ਨਹੀਂ ਕੀ ਕਾਰਵਾਈ ਕਰਦੀ ਹੈ, ਕਿੱਦਾਂ ਦੇ, ਮਤਲਬ ਇਹ ਜਿਹੜੀਆਂ ਕਾਰਵਾਈਆਂ ਨੇ, ਮੈਨੂੰ ਲੱਗਦਾ ਕਿ ਵਿਰੋਧੀਆਂ 'ਤੇ ਦਬਾਅ ਵਧਾਉਣ ਲਈ ਸਾਰੀ ਕਾਰਵਾਈ ਹੋ ਰਹੀ ਹੈ, ਇਸ ਤਰ੍ਹਾਂ ਦਿਖਾਈ ਦੇ ਰਹੀ ਹੈ ਜੀ। ਜੀ ਬਿਲਕੁਲ ਧਾਲੀਵਾਲ ਸਾਹਿਬ, ਆਖਰੀ ਖਬਰ ਹੈਗੀ ਹੈ ਆਪਣੇ ਕੋਲ ਕਿ ਸਿੱਕਮ ਤੋਂ 23 ਜਵਾਨ ਲਾਪਤਾ ਨੇ, ਕੀ ਗੱਲਬਾਤ ਹੈ ਸਾਰੀ ਉਹ ਜੀ? ਇਹ ਇੱਕ ਬੜੀ ਮੰਦਭਾਗੀ ਖਬਰ ਹੈ ਜੀ। ਜੋ ਕੁਛ ਦੱਸਿਆ ਜਾ ਰਿਹਾ, ਮੈਂ ਸੁਣਿਆ ਕਿ ਉਹ ਹੜਾਂ ਦੇ ਕਾਰਨ ਹੋਇਆ, ਕੁਛ ਹੜਾਂ ਕਾਰਨ ਜਿੱਥੇ ਕਿਤੇ ਆਰਮੀ ਦੀ ਗੱਡੀਆਂ ਗੁੱਡੀਆਂ ਖੜੀਆਂ ਸੀ, ਆਰਮੀ ਡਿਪਲੋਏ ਕੀਤੀ ਸੀ, ਉੱਥੇ ਕਿਤੇ ਭਾਰੀ ਪਾਣੀ ਆਉਣ ਨਾਲ ਕੁਛ 23 ਵਿਅਕਤੀ ਹਾਲੇ ਤੱਕ ਇਹ ਦੱਸਿਆ ਗਿਆ ਕਿ ਲਾਪਤਾ ਨੇ। ਪਰਮਾਤਮਾ ਕਰੇ ਉਹ ਠੀਕ ਠਾਕ ਹੋਣ, ਉਹਨਾਂ ਦੇ ਲਈ ਯਤਨ ਜਾਰੀ ਹੋ ਰਹੇ ਨੇ, ਪਰੰਤੂ ਇਹ ਖਬਰ ਮੰਦਭਾਗੀ ਹੈ। ਇਹਦੇ ਅਫਸੋਸ ਕਰ ਸਕਦੇ ਹਾਂ ਅਸੀਂ। ਹਾਲੇ ਇਹਦੇ ਉੱਪਰ ਕੋਈ ਕਮੈਂਟ ਕਰਨਾ ਮੈਨੂੰ ਲੱਗਦਾ ਵਾਜਬ ਨਹੀਂ ਹੋਏਗਾ, ਕਿਉਂਕਿ ਕੁਦਰਤੀ ਆਫਤ ਦੇ ਵਿੱਚ ਕੁਛ ਵੀ ਹੋ ਸਕਦਾ ਹੈ। ਹਾਲੇ ਏਦਾਂ ਦੀ ਸੂਚਨਾ ਕੋਈ ਬਹੁਤ ਪੁਣ ਕੇ ਛਣ ਕੇ ਨਹੀਂ ਆਈ ਜਿਹਦੇ ਵਿੱਚ ਆਪਾਂ ਕਿਸੇ ਦਾ ਕੋਈ ਦੋਸ਼ ਕੱਢ ਸਕੀਏ। ਹਾਲ ਦੀ ਘੜੀ ਜਿਹੜੀ ਇਹ ਸੂਚਨਾ ਹੈ, ਇਹ ਕੁਦਰਤੀ ਆਫਤ ਨਾਲ ਜੁੜੀ ਹੋਈ ਹੈ ਕਿ ਹੜਾਂ ਕਾਰਨ ਇਹ ਭਾਰੀ ਨੁਕਸਾਨ ਹੋਇਆ, ਪਰੰਤੂ ਬਹੁਤ ਹੀ ਦੁੱਖ ਦੀ ਖਬਰ ਹੈ। ਹਾਲ ਦੀ ਘੜੀ ਤਾਂ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਇਸ ਕਵਰ 'ਚ ਤਾਂ, ਕਿ ਪਰਮਾਤਮਾ ਕਰੇ ਸੁੱਖ ਸ਼ਾਂਤੀ ਹੋਵੇ, ਉਹ ਜਿਹੜੇ ਸਾਡੇ ਜਵਾਨ ਨੇ ਉਹ ਠੀਕ ਠਾਕ ਲੱਭ ਜਾਣ ਜੀ। ਜੀ ਬਿਲਕੁਲ ਬਿਲਕੁਲ। ਸੋ ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀਆਂ ਗੱਲਾਂ ਬਾਤਾਂ 'ਤੇ ਵਿਚਾਰ ਰੱਖਣ ਦੇ ਲਈ, ਧੰਨਵਾਦ। ਮਿਹਰਬਾਨੀ ਜੀ, ਮਿਹਰਬਾਨੀ ਤੁਹਾਡੀ ਬਹੁਤ ਬਹੁਤ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਕੁਛ ਅਹਿਮ ਗੱਲਾਂ ਸੀ ਪੰਜਾਬ ਸਰਕਾਰ ਨੂੰ ਲੈ ਕੇ, ਪੰਜਾਬ ਦੇ ਨਾਲ ਸੰਬੰਧਿਤ, ਜਾਂ ਫਿਰ ED ਦੀ ਜਿਹੜੀ ਰੇਡ ਹੋਈ ਹੈ ਸੰਜੇ ਸਿੰਘ, ਜਾਂ ਫਿਰ AG ਨੂੰ ਲੈ ਕੇ, ਇਹ ਸਾਰੀਆਂ ਗੱਲਾਂ 'ਤੇ ਤਾਂ ਧਾਲੀਵਾਲ ਸਾਹਿਬ ਤੋਂ ਆਪਾਂ ਨੇ ਵਿਚਾਰ ਲਏ। ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਾਂ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ। ਧੰਨਵਾਦ।